ਕਿੰਨਾ ਜੁੰਦੇ ਸਿਲੰਡਰ ਜਿਹੜਾ 350 ਲਿੰਗਾ ਹੋ ਗਿਆ ਸਿਲੰਡਰ ਤੇ ਬਹੁਤ ਮਹਿੰਗਾ ਆ ਸਸਤਾ ਕਰੋ ਜਿੰਨਾਂ ਪਹਿਲਾਂ ਰੇਟ ਸੀ ਉਨਾਂ ਕਰ ਦੋ 700 ਰੁਪਏ ਸੀਗਾ ਪਹਿਲਾਂ ਜੋਂ ਵੇਖੋ ਕਿੰਨਾ ਮਹਿੰਗਾ ਹੋ ਗਿਆ ਆ ਸਰਕਾਰਾਂ ਕਹਿੰਦੀਆਂ ਚੰਗੇ ਦਿਨ ਆਉਣਗੇ ਉਹ ਨਹੀਂ ਆਣੇ ਕੀ ਲੱਗਦਾ ਲੱਗਦਾ ਹੀ ਨਹੀਂ ਆਣੇ ਮੰਗਾਈ ਨਹੀਂ ਹੋ ਗਈ ਹਰ ਚੀਜ਼ ਉੱਤੇ ਅੱਗ ਲੱਗੀ ਪਈ ਹੈ ਸਿਲੰਡਰ ਮਹਿੰਗਾ ਰਾਸ਼ਨ ਮਹਿੰਗਾ ਆ ਤੇ ਮਾਰਾ ਬੰਦਾ ਕੀ ਖਾਏਗਾ ਕੋਈ ਕੀ ਲੱਗਦਾ ਦੁਕਾਨਦਾਰੀਆਂ ਚਲਾਉਣੀਆਂ ਕਿੰਨੀਆਂ ਔਖੀਆਂ ਹੁੰਦੀਆਂ ਦੁਕਾਨਦਾਰੀਆਂ ਤੇ ਬੜੀਆਂ ਔਖੀਆਂ ਨੇ ਸਮਾਨ ਦੇ ਪੈਸੇ ਨਹੀਂ ਪੂਰੇ ਹੁੰਦੇ ਨੇ ਬਚਤ ਤੇ ਬੜੀ ਦੂਰ ਦੀ ਗੱਲ ਆ ਤੇ ਕੁਝ ਕਸਟਮਰ ਵੀ ਆਣ ਕੇ ਇਸ ਚੀਜ਼ ਦਾ ਰੋਸ ਕਰਦੇ ਨੇ ਵੀ ਤੁਹਾਡੀ ਚੀਜ਼ ਜਮੇਗੀ ਹੋਰੀ ਹਾਂਜੀ ਕਰਦੇ ਸਾਡੀ ਦੁਕਾਨਦਾਰੀ ਨੂੰ ਬਹੁਤ ਫਰਕ ਪਿਆ ਆ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਇਹ ਕਰਦੇ ਮਹਿੰਗਾਈ ਤੋੜੋ ਤਰੀਫ ਬੰਦਿਆਂ ਦੀ ਹੈਲਪ ਕਰੋ ਹਾਂਜੀ ਕੀ ਕਰਾਂ ਜਦੋਂ ਗੈਸ ਇਹੋ ਸਰਕਾਰ ਨੂੰ ਮੰਗ ਕਰਦੇ ਆ ਵੀ ਸਾਨੂੰ ਮਹਿੰਗਾਈ ਜਿਹੜੀ ਹੈ ਇਹ ਘਟਣੀ ਚਾਹੀਦੀ ਹੈ ਮਹਿੰਗਾਈ ਦੇ ਬਿਲਕੁਲ ਲੋਕਾਂ ਦੇ ਲੱਕ ਤੋੜੇ ਪਏ ਆ ਇੰਨੀ ਕੁ ਜਿਆਦੀ ਮਹਿੰਗਾਈ ਹੋ ਗਈ ਕੋਈ ਹਿਸਾਬ ਨਹੀਂ ਹੈ ਮਹਿੰਗਾਈ ਤੋਂ ਲੋਕ ਆਤ ਆ ਗਏ ਆ ਮਹਿੰਗਾਈ ਤੋਂ ਆ ਗਏ ਨੇ ਮਹਿੰਗਾਈ ਟੁੱਟਣੀ ਚਾਹੀਦੀ ਆ ਕਿੱਥੋਂ ਗਰੀਬ ਕਿੱਥੋਂ ਖਾਊਗਾ ਜਿਹੜਾ ਗਰੀਬ ਇੱਕ ਜਣਾ ਕਰਨ ਵਾਲਾ ਕਿੱਥੋਂ ਆਪਣੀ ਜੀਪ ਆਲੂਗਾ ਬਹੁਤ ਜੀਪ ਆਲਣੇ ਔਖੇ ਹੋ ਗਏ ਆ ਪੰਜਾਬ ਦੇ ਵਿੱਚ ਸਰਕਾਰ ਨੇ ਕੁਛ ਨਹੀਂ ਦੁਨੀਆ ਦਾ ਸੋਚਿਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਆ ਜਾਂਦੇ ਆ ਸਾਨੂੰ ਵੋਟਾਂ ਦੋ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਕੱਖ ਨਹੀਂ ਕਰਦੀ ਸਰਕਾਰ ਸਰਕਾਰ ਨੂੰ ਚਾਹੀਦਾ ਜਿਹੜੇ ਪਹਿਲੇ ਦਿਨੇ ਉਹ ਹੀ ਸਾਡੇ ਵਾਪਸੀ ਆਉਣੇ ਚਾਹੀਦੇ ਆ ਪਹਿਲੇ ਦਿਨੇ ਆਉਣੇ ਚਾਹੀਦੇ ਐਸ ਹੁਣ ਵੇਖੋ ਕਿੰਨਾ ਕੁ ਮਹਿੰਗਾ ਸਿਲੰਡਰ ਹੋ ਗਿਆ ਵਾ ਕਿ ਕੌਣ ਗਰੀਬ ਕਿੱਥੋਂ ਭਰਾਏਗਾ ਕਿੱਥੇ 4-500 ਦਾ ਸਿਲੰਡਰ ਹੁੰਦਾ ਹੀ ਕਿੱਥੇ ਉਹਨਾਂ 11 1150 ਦਾ ਸਿਲੰਡਰ ਕਿੱਥੋਂ ਲਊਗਾ ਕੋਈ ਗਰੀਬ ਕਿੱਥੋਂ ਭਰਾਲੇਗਾ ਕਿੱਥੋਂ ਖਾਲੇਗਾ ਸੌਦਾ ਲਏਗਾ ਕਰਦਾ ਕਿ ਸਿਲੰਡਰ ਮਹੀਨੇ ਬਾਅਦ ਲੈ ਆ ਕੇ ਭਰਾਏਗਾ ਬਹੁਤ ਮਗਾਈ ਹੋ ਗਈ ਭਾਜੀ ਇਹ ਮਗਾਈ ਟੁੱਟਣੀ ਚਾਹੀਦੀ ਆ ਇੱਕ ਪੰਜਾਬ ਦੇ ਵਿੱਚ ਉਹਨਾਂ ਦੇ ਮੋਦੀ ਸਾਹਿਬ ਗਰੀਬ ਮਿਹਨਤੀ ਕਰਦੇ ਆ ਵੀ ਪੰਜਾਬ ਚੋਂ ਨਸ਼ਾ ਖਤਮ ਹੋਣਾ ਚਾਹੀਦਾ ਪੰਜਾਬ ਦਾ ਫਿਰ ਸਵਧਾਰ ਹੋਏਗਾ ਨਸ਼ਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਇੱਕ ਮਗਾਈ ਖਤਮ ਹੋਣੀ ਚਾਹੀਦੀ ਆ ਤੇ ਮੋਦੀ ਸਰਕਾਰ ਹੀ ਹੋਏਗੀ ਤੇ ਜੇ ਮੋਦੀ ਸਰਕਾਰ ਕੋਈ ਵਾਧੀਆਂ ਜਾਰੀ ਕੀਮਤਾਂ ਦੀ ਵੀਰ ਜੀ ਮੈਂ ਤੇ ਬੇਨਤੀ ਕਰਦੀ ਆਂ ਵੀ ਇਹ ਥੋੜਾ ਜਿਹਾ ਸੋਚਣ ਤੇ ਪਬਲਿਕ ਨੂੰ ਥੋੜੀ ਜਿਹੀ ਖੁਸ਼ੀ ਮਹਿਸੂਸ ਹੋਵੇ ਤੇ ਤਾਂ ਕਿ ਇਹਨਾਂ ਦਾ ਵਿਗਾਹ ਅਹੀਂ ਆਉਣ ਵਾਲਾ ਸਮਾਂ ਜਿਹੜਾ ਮਤਲਬ ਅਸੀਂ ਇਹਨਾਂ ਬਾਰੇ ਵੀ ਕੁਝ ਸੋਚਾਂਗੇ ਜੇ ਅੱਜ ਅਸੀਂ ਦੁਖੀ ਆਂ ਤੇ ਇਹ ਸਰਕਾਰ ਤੋਂ ਅਸੀਂ ਗਾਂ ਕੀ ਮਤਲਬ ਮੰਗ ਰੱਖ ਸਕਨੇ ਆਂ ਵੀ ਆਉਣ ਵਾਲਾ ਸਮਾਂ ਜਿਹੜਾ ਸਾਡਾ ਸਹੀ ਨਿਕਲੇਗਾ ਜਾਂ ਸਾਨੂੰ ਕੋਈ ਕੁਝ ਇਹ ਕੁਝ ਪ੍ਰਾਪਤ ਕਰਾਉਣਗੇ ਕੁਝ ਸਾਡੇ ਵਾਸਤੇ ਇਹਨਾਂ ਨੇ ਨਹੀਂ ਸੋਚਿਆ ਮੈਂ ਤੇ ਇਹੀ ਆਖਿਰ ਕਹਿਣਾ ਚਾਹੁੰਨੀ ਆ ਕਿ ਮੋਦੀ ਸਰਕਾਰ ਅਗੇ ਬੇਨਤੀ ਆ ਹੱਥ ਮੰਨ ਕੇ ਵੀ ਇੱਕ ਵਾਰਾ ਨਾ ਗਰੀਬੀ ਤਬਕੇ ਵੱਲ ਧਿਆਨ ਮਾਰਨ ਵੀ ਉਹ ਦੁਨੀਆ ਜਿਹੜੀ ਰੋਟੀ ਪਾਣੀ ਕਿਵੇਂ ਖਾਂਣ ਲਈ ਆ ਮੇਰੀ ਤੇ ਹੋਇ ਹੱਥ ਮੰਨ ਕੇ ਬੇਨਤੀ ਆ ਸਿਲੰਡਰ ਮਹਿੰਗਾ ਹੋ ਰਿਹਾ ਜਦੋਂ ਸਿਲੰਡਰ ਵੇਖੋ ਪਹਿਲਾਂ ਤੇ ਜਦੋਂ ਅੱਜ ਅੱਜ ਤੋਂ ਕੋਈ 7 ਸਾਲ ਪਹਿਲਾਂ ਜਿਹੜਾ ਮਤਲਬ 5-600 ਰੁਪਏ ਦਾ ਸਿਲੰਡਰ ਸੀਗਾ ਅੱਜ 1150 ਰੁਪਏ ਦਾ ਸਿਲੰਡਰ ਆ ਹੁਣ ਮੈਨੂੰ ਦੱਸੋ ਵੀ ਉਹ 11500 ਰੁਪਏ ਜੇ ਸਾਡੀ ਜੇਬ ਚ ਨਾਵੇਂਗਾ ਤੇ ਸਾਡੇ ਬੱਚੇ ਕਿੱਥੋਂ ਭੇਟ ਭਰਨਗੇ ਅਸੀਂ ਉਹਨਾਂ ਨੂੰ ਮਤਲਬ ਜਿਹੜਾ ਰਾਸ਼ਨ ਪਾਣੀ ਤਿਆਰ ਕਰਨਾ ਵਾ ਪਹਿਲਾਂ ਤੇ ਰਾਸ਼ਨ ਲਿਓਣਾ ਸਾਨੂੰ ਬੜਾ ਮੁਸ਼ਕਲ ਆ ਫਿਰ ਸਾਨੂੰ ਬਣਾਉਣਾ ਬੜਾ ਮੁਸ਼ਕਲ ਆ ਤੇ ਅਸੀਂ ਇਹੀ ਹੱਥ ਮੰਨ ਕੇ ਸਰਕਾਰ ਕੋਲ ਮਤਲਬ ਸਰਕਾਰ ਕੋਲ ਮੰਗ ਕਰਨੇ ਆ ਵੀ ਕੁਝ ਥੋੜਾ ਜਿਹਾ ਸੋਚੋ ਤੇ ਦੁਨੀਆ ਨੂੰ ਖੁਸ਼ਹਾਲ ਕਰੋ ਕੀ ਲੱਗਦਾ ਹੁਣ ਚੁੱਲੇ ਬਾਲਣੇ ਪੈਣਗੇ ਚੁੱਲੇ ਬਾਲਣ ਵਾਲਾ ਵੀ ਬਹੁਤ ਮੁਸ਼ਕਲ ਆ ਬਾਲਣ ਜਿਹੜਾ ਉਹ ਵੀ ਬੜਾ ਮਹਿੰਗਾ ਆ ਫਿਰ ਬਾਕੀ ਥੋੜੀ ਥੋੜੀ ਜਗ੍ਹਾ ਜਿਹੜੀ ਜਿਨ੍ਹਾਂ ਦੀ ਸ਼ਹਿਰਾਂ ਦੇ ਵਿੱਚ ਥੋੜੀ ਥੋੜੀ ਜਗ੍ਹਾ ਉਹ ਚੁੱਲ੍ਹੇ ਕਿੱਥੇ ਬਾਲ ਸਕਦੇ ਆ ਬੜੀ ਮੁਸ਼ਕਲ ਬਣ ਗਈ ਆ ਤੇ ਮੋਦੀ ਨੂੰ ਚਾਹੀਦਾ ਆ ਵੀ ਥੋੜਾ ਜਿਹਾ ਪਬਲਿਕ ਬਾਰੇ ਜਰੂਰ ਸੋਚਣ ਵੱਡਿਆਂ ਵਾਲੀ ਨਾ ਧਿਆਨ ਮਾਰਨ ਨੀਚੇ ਵਾਲ ਇੱਕ ਵਾਰ ਧਿਆਨ ਮਾਰਨ ਵੀ ਜਿਹੜੀ ਪਬਲਿਕ ਆ ਉਹ ਕੀ ਕਰਨ ਧੀ ਆ ਆਉਣ ਵਾਲਾ ਸਮਾਂ ਉਹਨਾਂ ਵਾਸਤੇ ਕਿਹੋ ਜਿਹਾ ਆਉਣਾ ਵਾ ਉਥੇ ਬਸ ਇਹੀ ਸੋਚ ਲੈਂਡ ਵੀ ਸਾਡਾ ਜਿਹੜਾ ਆਉਣ ਵਾਲਾ ਸਮਾਂ ਕਿਹੋ ਜਿਹਾ ਸਾਨੂੰ ਕੋਈ ਸਾਡਾ ਰਿਜ਼ਲਟ ਆਏਗਾ